ਮੇਰੇ ਵੱਲੋਂ ਸਭ ਭੈਣ ਭਾਈਆਂ ਨੂੰ ਸਲਾਮ ਹੋਵੇ ਜਗਤਾਂ ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ ਪ੍ਰੋਗਰਾਮ ਲੈ ਕੇ ਹਾਜ਼ਰ ਆਇਆ ਮੈਂ ਤੁਹਾਡੀ ਖਿਦਮਤ 'ਚ ਅੱਜ ਦੀ ਗੱਲ ਤੇ ਅੱਜ ਦੀ ਗੱਲ ਜਿਹੜੀ ਬਹਿ ਕੇ ਸਾਂਹਿਹਾ ਜੜ੍ਹਾਂ ਵਾਲਾ ਲਈ ਮੈਂ ਲੈ ਕੇ ਆਇਆ ਵਾਂ ਉਹ ਮੈਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਆਪਣੀ ਸਾਰੀ ਮੁਸੀਕ ਕੌਮ ਦੇ ਨਾਲ ਇੱਕ ਗੱਲ ਕੀਤੀ ਸੀ ਔਰ ਉਹ ਗੱਲ ਸੀ ਕਿ ਅਸੀਂ ਜਾਗਦੇ ਰਹਿਣਾ ਸੋਣਾ ਨਹੀਂ ਕਿਉਂਕਿ ਜੇ ਅਸੀਂ ਸੌਂਗੇ ਤੇ ਮੈਂ ਇਹ ਗੱਲ ਬੜੇ ਸੱਚਾਈ ਨਾਲ ਕਹਿ ਰਿਹਾ ਵਾਂ ਜੇ ਅਸੀਂ ਸੌਂਗੇ ਤੇ ਇਹ ਸਾਨਿਹਾ ਜਿਹੜਾ ਜੜਾ ਵਾਲਾ ਇਹ ਖੁੱਡੇ ਲੈਣ ਲੱਗ ਜਾਣਾ ਜੀ ਕਿਉਂ ਕਿ ਕਿਉਂਕਿ ਹਮੇਸ਼ਾ ਸਾਡੇ ਨਾਲ ਇਹੀ ਹੁੰਦਾ ਰਿਹਾ ਹੈ ਜਿਨੇ ਵੀ ਸਾਨਿਹਾ ਸਾਡੇ ਨਾਲ ਹੋ ਚੁੱਕੇ ਨੇ ਮੈਂ ਤੁਹਾਡੀ ਨਿਗਾਹ 'ਚ ਇਸ ਤੋ ਰੱਖਣਾ ਚਾਹਾਂ ਤਾਕੇ ਤੁਸੀਂ ਭੁੱਲ ਨਾ ਜਾਓ ਕਿਉਂਕਿ तमाम ਸਨਹੇ ਮੇਰੀ ਮਸੀਹ ਕੌਮ ਮੇਰੇ ਭੈਣ ਮੇਰੇ ਭਾਈ ਮੇਰੇ ਨੌਜਵਾਨ ਬੇਟੇ ਮੇਰੀ ਬੇਟੀ ਉਹ ਸਾਰੇ ਸਨਹੇ ਸਾਡੇ ਸੌਣ ਦੀ ਵਜ੍ਹਾ ਤੋਂ ਖੁੱਡੇ ਲੈਣ ਲੱਗ ਗਏ ਸਨ ਹਰ ਜਿੰਨਾ ਵੀ ਸਨਹਿਆ ਉਹ ਸੀ ਭੁੱਲ ਜਾਣਿਆ ਕਿਉਂ ਕਿ ਸਾਡੇ ਮੋਢਿਆਂ ਤੋਂ ਤੇ ਹੱਥ ਰੱਖ ਕੇ ਕਦੀ ਕੋਈ ਐਮਪੀ ਆ ਜਾਂਦਾ ਹੈ ਕੋਈ ਐਮਐਨਏ ਆ ਜਾਂਦਾ ਹੈ ਕੋਈ ਹੋਰ ਸ਼ਖਸ਼ ਆ ਜਾਂਦਾ ਹੈ ਤੇ ਸਾਨੂੰ ਨਾਲਦਾਲ ਮੁਜ਼ਬਤੀ ਬਿਆਨ ਤੇ ਬੜੀਆਂ ਤਸੱਲੀਆਂ ਮਿਲਦੀਆਂ ਤੇ ਅਸੀਂ ਵੀ ਉਹਨਾਂ ਤਸੱਲੀਆਂ 'ਚ ਜਿਵੇਂ ਬੱਚੇ ਨੂੰ ਥਾਪੜ-ਥਾਪੜ ਕੇ ਸੁਆਇਆ ਜਾਂਦਾ ਹੈ ਉੰਜੀ ਉਹਨਾਂ ਤਸੱਲੀਆਂ ਦੀ ਛਾਵੇਂ ਅਸੀਂ ਵੀ ਸੌਂ ਜਾਂਦੇ ਆ ਤੇ ਸਾਡੇ ਸਾਰੇ ਜਿੰਨੇ ਵੀ ਕੇਸ ਨੇ ਉਹ ਖੁੱਡੇ ਲੈ ਲੱਗ ਜਾਂਦੇ ਨੇ ਕਿਉਂ ਐਸੋ ਕਿ ਅਸੀਂ ਆਪਣੇ ਆਪ ਨੂੰ ਜੇ ਉਹ ਜ਼ਾਲਮ ਹੋ ਜਾਂਦੇ ਨੇ ਤੇ ਅਸੀਂ ਉਹਨਾਂ ਤੋਂ ਵੱਧ ਜ਼ਾਲਮ ਹੋ ਕੇ ਆਪਣੇ ਤੇ ਜ਼ੁਲਮ ਕਰਾਣ ਲਈ ਆਪਣੇ ਆਪ ਨੂੰ ਤਿਆਰ ਕਰ ਲੈਣੇ ਆਂ ਓਵੇ ਸੌ ਜਾਣਾ ਓਵੇ ਸੌ ਜਾਣਾ ਜਿਨ੍ਹਾਂ ਕੌਮਾਂ ਨੇ ਆਪਣੇ ਆਪ ਨੂੰ ਜਗਾਇਆ ਉਹਨਾਂ ਨੇ ਆਪਣਾ ਇਨਸਾਫ ਵੀ ਪਾਇਆ ਅਸੀਂ ਕੀ ਕਰਨੇ ਪਏ ਆ ਮੈਨੂੰ ਆਪਣੀ ਮਸੀਹ ਕੌਮ ਤੇ ਐਸੀ ਗੱਲ ਦਾ ਗਿਲਾ ਐ ਐਸੀ ਗੱਲ ਦਾ ਗਿਲਾ ਕਿ ਅਸੀਂ ਸੌ ਜਾਨੇ ਆਂ ਅਸੀਂ ਹਰ ਸਾਲ ਇਹ ਤੋਂ ਬਾਅਦ ਸੌ ਜਾਂਦੇ ਆ ਮੇਰੇ ਤੇ ਤੁਹਾਡੇ ਲਈ ਸਭ ਤੋਂ ਵੱਡੀ عظیم ਗੱਲ ਚੀਜ਼ ਹੈ ਉਹਦਾ ਨਾਮ ਹੈ ਬਾਈਬਲ ਮੁਕੱਦਸ ਸਲੀਬੇ پاک ਚਰਚ ਔਰ ਇਜ਼ਤਾਂ ਲੇਕਿਨ ਅੱਜ ਮੈਂ ਆਪਣੀ ਮਸੀਹ ਕੌਮ ਨੂੰ ਜਗਾਣਾ ਚਾਹਨਾ ਬਾਈਬਲ ਮੁਕੱਦਸ ਲਈ ਸਲੀਬੇ پاک ਲਈ ਚਰਚ ਲਈ ਔਰ ਆਪਣੀ ਇਜ਼ਤਾਂ ਲਈ ਜਗਾਣਾ ਚਾਹਨਾ ਹੋਸ਼ਤ ਮਾਣਾ ਚਾਹਨਾ ਕਿ ਜਾਗਦੇ ਰਹੋ ਤੇ ਨਾਲ ਹਰ ਇੱਕ ਨੂੰ ਜਗਾ ਕੇ ਪਹਿਰਾ ਦਿਵੋ ਆਪਣੀ ਇੱਜ਼ਤਾਂ ਲਈ ਸਲੀਬੇ ਪਾਕ ਲਈ ਬਾਈਬਲ ਮੁਕੱਦਸ ਲਈ ਚਰਚ ਲਈ ਕਿਉਂਕਿ ਜੇ ਸੁੱਤੇ ਰਹੇ ਤੇ ਹੋ ਸਕਦਾ ਹੈ ਸਾਨਿਹਾ ਜੜਾਂ ਵਾਲਾ ਵਰਗਾ ਕੋਈ ਹੋਰ ਨਵਾਂ ਕੰਮ ਨਾ ਹੋ ਜਾਵੇ ਇਸ ਤੋਂ ਕਿ ਅਸੀਂ ਇਸ ਗੱਲ ਤੇ ਗੌਰ ਕਰਨੇ ਪਿਆ ਬਾਰ-ਬਾਰ ਤੁਹਾਡੇ ਸਾਹਮਣੇ ਇਹ ਗੱਲ ਕਰਨੇ ਆ ਕਿਉਂ ਕਿਉਂਕਿ ਸਾਨੂੰ ਨਹੀਂ ਪਤਾ ਹੁੰਦਾ ਕਿਹੜੇ ਵੇਲੇ ਸਾਡੇ ਨਾਲ ਕੀ ਹੋਣਾ ਹੈ ਹਾਂ ਇਹ ਉਹਨਾਂ ਨਾਲ ਹੁੰਦਾ ਜਿਹੜੇ ਸੌਂ ਜਾਂਦੇ ਨੇ ਅਸੀਂ ਆਪਣੇ ਹਰ ਪ੍ਰੋਗਰਾਮ ਦੇ ਵਿੱਚ ਆਪਣੀ ਕੌਮ ਨੂੰ ਅਲਰਟ ਕਰਦੇ ਰਹੀਨੇ ਆ ਮੈਂ ਅੱਜ ਇਹ ਗੱਲ ਇਸ ਤੋਂ ਕਰ ਰਿਹਾ ਵਾਂ ਕਿ ਨਾਲ ਪਹਿਰੇ ਦੀ ਗੱਲ ਇਸ ਤੋਂ ਐਡ ਕੀਤੀ ਏ ਕਿ ਜੇ ਖਾਲੀ ਜਾਗਦੇ ਰਹੇ ਹੋ ਸਕਦਾ ਹੋਰ ਕਮਾਂ ਚ ਪਾਈਏ ਲੇਕਿਨ ਜਦੋਂ ਪਹਿਰਾ ਦੇਵਾਂਗੇ ਨਾ ਫਿਰ ਅਸੀਂ ਅਲਰਟ ਰਵਾਂਗੇ ਅਸੀਂ ਕਦੀ ਉਸ ਗੱਲ ਤੇ ਧਿਆਨ ਦੇਵਾਂਗੇ ਤੇ ਕਦੀ ਅੱਛ ਗੱਲ ਤੇ ਕਦੀ ਅਸੀਂ ਖਾਸ ਤੌਰ ਤੇ ਇਹ ਸੋਚਾਂਗੇ ਕਿ ਮੇਰੀ ਸਲੀਬੇ ਪਾਕ ਦੀ ਬੇਹਰਮਤੀ ਹੋਈ ਬਾਈਬਲ ਮੁਕੱਦਸ ਦੀ ਬੇਹਰਮਤੀ ਨਹੀਂ ਛੇ ਸਦੀ ਦੀ ਬੇਹਰਮਤੀ ਹੋਈ ਸਾਡੀ ਇੱਜ਼ਤਾਂ ਦੀ ਬੇਹਰਮਤੀ ਹੋਈ ਫਿਰ ਅਸੀਂ ਹਰ ਵੇਲੇ ਪੈਰਾ ਦੇਵਾਂਗੇ ਲੇਕਿਨ ਅਗਰ ਅਸੀਂ ਸੋងਗੇ ਤੇ ਮੇਰੇ ਅਸੀਂ ਸੋ ਮੈਂ ਇੱਕ ਗੱਲ ਤੁਹਾਨੂੰ ਕਹਿ ਰਿਹਾ ਜੇ ਸੋងਗੇ ਤੇ ਸਾਡੇ ਨਾਲ ਹਾਲਾਤ ਹੋਰ ਬੁਰੇ ਹੋਣਗੇ ਕਿਉਂ ਜਗਾ ਇਸ ਤੋ ਰਿਆਵਾ ਖਤਰਨਾਕ ਗੱਲੇ ਦੱਸ ਰਿਹਾ ਵਾਂ ਤੁਹਾਨੂੰ ਕਿਉਂਕਿ ਬਾਈਬਲ ਮੁਕੱਦਸ ਦੀ ਬੇਹਰਮਤੀ ਕਰਨ ਵਾਲਿਆਂ ਨੇ ਚਰਚ ਦੀ ਬੇਹਰਮਤੀ ਸਲੀਬੇ پاک ਦੀ ਬੇਹਰਮਤੀ ਕਰਨ ਵਾਲੇ ਆਇਏ ਤੱਕ ਗ੍ਰਿਫਤਾਰ ਨਹੀਂ ਹੋਏ ਤੇ ਮੈਂ ਤਾਂ ਤੁਹਾਨੂੰ ਇਹ ਵੀ ਦੱਸਣਾ ਚਾ ਰਿਹਾ ਕਿ ਜਿਹੜੇ ਫੜੇ ਗਏ ਨੇ ਮੈਨੂੰ ਤੇ ਇੰਜ ਲੱਗਦਾ ਵੀ ਛੱਡੇ ਵੀ ਜਾਣਗੇ ਬਲਕੇ ਹੌਲੀ ਹੌਲੀ ਬਹੁਤ ਸਾਰੇ ਛੱਡ ਵੀ ਦਿੱਤੇ ਗਏ ਨੇ ਉਹਦੀ ਵਜ੍ਹਾ ਅਸੀਂ ਇਕੱਠੇ ਹੋ ਕੇ ਜਾਗਦੇ ਨਹੀਂ ਪਏ ਅੱਜ ਸਾਨੂੰ ਜਾਗਣ ਦੀ ਲੋੜ ਹੈਗੀ ਹੈ ਇੱਕ ਦੂਜੇ ਨੂੰ ਜਗਾਣ ਦੀ ਲੋੜ ਹੈਗੀ ਹੈ ਤੇ ਜੇ ਸੁੱਤੇ ਰਹਿਣਾ ਤੇ ਮੇਰੇ ਅਜ਼ੀਜ਼ੋ ਹੋਰ ਪਤਾ ਨਹੀਂ ਕਿ ਜਿਹਦੇ ਸਾਰੇ ਹੈ ਸਾਡੇ ਨਾਲ ਹੋ ਜਾਣਗੇ ਅੱਜ ਮੈਂ ਬਹੁਤ ਵੱਡੀ ਗੱਲ ਨਹੀਂ ਕਰਦਾ ਪਿਆ ਲੰਮੀ ਗੱਲ ਵੀ ਨਹੀਂ ਕਰਦਾ ਪਿਆ ਲੇਕਿਨ ਫੇਰ ਵੀ ਇਨੀ ਛੋਟੀ ਜੀ ਗੱਲ ਦੇ ਵਿੱਚ ਪੇਗਾਮ ਇੱਕੋ ਹੀ ਹੈ ਜਾਗਦੇ ਰਹੋ ਤੇ ਇੱਕ ਦੂਜੇ ਨੂੰ ਕਹੋ ਆਹ ਭਾਈ ਪਹਿਰਾ ਦਈਏ ਕਿਤੇ ਸਾਡੇ ਨਾਲ ਕੋਈ ਨਵਾਂ ਸਾਨਿਹਾਂ ਨਾ ਹੋ ਜਾਵੇ ਸਾਨਿਹਾਂ ਜੜਾ ਵਾਲਾ ਕੋਈ ਛੋਟਾ ਜਿਹਾ ਵਾਕਿਆ ਨਹੀਂ ਇਹ ਬਹੁਤ ਵੱਡਾ ਵਾਕਿਆ ਹੈ ਦਿਲ ਨੂੰ ਚੀਰਨ ਵਾਲਾ ਵਾਕਿਆ ਹੈ ਅੱਜ 9 ਅਕਤੂਬਰ ਹੋ ਗਈ ਹੈ 16 ਅਗਸਤ ਦਾ ਵਾਕਿਆ ਹੈ ਲੇਕਿਨ ਕਿਤੇ ਕਿਤੇ ਸਾਨੂੰ ਕਿਤੇ ਹੰਗਲਾਟੇ ਤੇ ਨਹੀਂ ਆਉਂਦੇ ਪਏ ਜੇ ਆਉਂਦੇ ਪਏ ਨੇ ਤੇ ਆਪਣੇ ਆਪ ਨੂੰ ਜਗਾਣ ਦੇ ਪੂਰੀ ਕੋਸ਼ਿਸ਼ ਕਰੀਏ ਤਾਂ ਜੋ तमाम مسیਹੀ قوم ਨੂੰ ਇਨਸਾਫ ਮਿਲ ਸਕੇ ਪਾਕਿਸਤਾਨ ਜ਼ਿੰਦਾਬਾਦ